ਦੇਖੋ ਸਾਡੇ ਬੇਸਿਕਲੀ 6 ਸਟੇਟਸ ਸਾਨੂੰ ਦਿੱਤੀਆਂ ਹੈਗੀਆਂ, ਉਹਦੇ ਵਿੱਚ ਮੈਡਮ ਰਜਨੀ ਪਾਟਲ ਸਾਡੇ ਚੇਅਰਪਰਸਨ ਹੈ ਔਰ ਕ੍ਰਿਸ਼ਨਾ ਔਰ ਮੈਂ ਉਹਦੇ ਮੈਂਬਰ ਹੈਗੇ। ਉਹ ਸਾਡੀ ਇੰਟਰਨਲ ਮੀਟਿੰਗ ਹੋਈ ਆ ਕਿ ਇਹ 6 ਦੇ ਵਿੱਚ ਕਦੋਂ ਕਦੋਂ ਜਾਣਾ ਹੈਗਾ ਔਰ ਉਹਨਾਂ ਨਾਲ ਕੋਆਰਡੀਨੇਟ ਕਰਨ ਲਈ ਸਾਰਾ ਕੁਛ ਪ੍ਰੋਗਰਾਮ ਲਿਖਿਆ ਗਿਆ ਹੈਗਾ। ਸੋ ਅਸੀਂ ਉਹ ਕੋਆਰਡੀਨੇਟ ਕਰਕੇ ਜਿੱਥੇ ਜਿੱਥੇ ਵੀ ਜੋ ਜੋ ਸਾਨੂੰ ਸਮਝ ਆਊਗੀ ਉਹਦੇ ਮੁਤਾਬਕ ਅਸੀਂ ਜਿਹੜੇ ਚੰਗੇ ਜਿਹੜੇ ਕੈਂਡੀਡੇਟਸ ਆ ਉਹਨਾਂ ਦੀ ਜਿਹੜੀ ਸਿਫਾਰਿਸ਼ ਕਰਾਂਗੇ। ਪੰਜਾਬ ਦੇ ਵਿੱਚ ਨਹੀਂ ਜਿਹੜਾ ਗਠਬੰਧਨ ਆਮ ਆਦਮੀ ਪਾਰਟੀ ਨਾਲ, ਅਸੀਂ ਸਾਰੇ ਉਹਦੇ ਫੇਵਰ 'ਚ ਨਹੀਂ ਹੈਗੇ। ਉਹਦੇ ਕੁਛ ਰੀਜ਼ਨਸ ਹੈ ਕਿ ਕਿਉਂਕਿ ਪਿਛਲੇ 2.5 ਸਾਲ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਆ ਉਹ ਬਿਲਕੁਲ ਬਿਲੋ ਬਿਲਕੁਲ ਥੱਲੜੇ ਲੈਵਲ 'ਤੇ ਹੈਗੀ ਆ ਔਰ ਵੈਸੇ ਵੀ ਕੋਈ ਸੀਰੀਅਸਨੈਸ ਹੈ ਨਹੀਂ ਐਡਮਿਨਿਸਟ੍ਰੇਸ਼ਨ ਦੇ ਵਿੱਚ। ਸੋ ਇਸ ਕਰਕੇ ਅਸੀਂ ਪੰਜਾਬ ਦੀ ਡੈਮੋਕ੍ਰੇਸੀ ਨੂੰ ਵੀ ਸੇਵ ਕਰਨਾ ਹੈਗਾ ਔਰ ਦੂਸਰੀ ਗੱਲ ਹੈ ਜਦੋਂ ਬੀਜੇਪੀ ਨਾਲ ਅਸੀਂ ਲੜਨਾ ਤਾਂ ਬੀਜੇਪੀ 4th ਨੰਬਰ ਦੀ ਪਾਰਟੀ ਹੈਗੀ ਆ ਪੰਜਾਬ ਦੇ ਵਿੱਚ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਉਹਨਾਂ ਨਾਲ ਪੰਜਾਬ ਦੇ ਵਿੱਚ ਅਲਾਇੰਸ ਕਰਨਾ ਚਾਹੀਦਾ। ਕਿਉਂਕਿ ਕਿਆ ਲੱਗਦਾ ਹੈ ਕਿ ਜਿਸ ਤਰੀਕੇ ਸੇ ਆਮ ਆਦਮੀ ਪਾਰਟੀ ਦੀ ਪਿਛਲੇ ਦਿਨੋਂ ਸਰਕਾਰ ਬਣੀ ਤੇ ਔਰ ਜਬ ਪਾਰਟੀ ਹਾਈ ਕਮਾਂਡ ਵੀ ਲਗਾਤਾਰ ਜਿਹੜਾ ਗਠਬੰਧਨ ਕੋ ਲੇਕਰ ਜੋ ਹੈ ਚੀਜ਼ ਚੱਲ ਰਹੀ ਹੈ, ਕਿਆ ਲੱਗਦਾ ਹੈ ਕਿ ਆਪ ਲੋਕਾਂ ਕੀ ਜੋ ਖੇਤਰ ਨੂੰ ਰਾਜ ਕੇ ਨੇਤਾ ਹੈ ਉਨ੍ਹਾਂ ਕੀ ਬਾਤ ਜੋ ਹੈ ਮੰਨੀ ਜਾ ਰਹੀ ਹੈ? ਮੇਰਾ ਖਿਆਲ ਹੈ ਕਿ ਦੇਖੋ ਉਹਦੀ ਦੇਖੋ 1st ਨੰਬਰ ਤੇ 2nd ਨੰਬਰ ਦੀ ਪਾਰਟੀ 4th ਨੰਬਰ ਨਾਲ ਲੜਦੀ ਕੋਈ ਵੈਸੇ ਨਹੀਂ ਠੀਕ ਲੱਗਦੀ ਔਰ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਹਦੇ ਵਿੱਚ ਅਲਾਇੰਸ ਕਰਨੀ ਚਾਹੀਦੀ। ਹਾਂ ਉਹ ਬਾਅਦ ਮੇ ਬੇਸਿਕਲੀ ਇੰਡੀਆ ਗਠਜੋੜ ਮੇ ਆ ਜਾਏ। ਮੇਰਾ ਖਿਆਲ ਹੈ ਕਿ ਸਭ ਸਾਰੀਆਂ ਚੀਜ਼ਾਂ ਕੰਸਿਡਰ ਕਰਨੀਆਂ ਚਾਹੀਦੀਆਂ। ਲੇਕਿਨ ਸਰ ਜਿਸ ਤਰੀਕੇ ਸੇ ਆਪਸੀ ਵਿਵਾਦ ਜੋ ਹੈ ਲਗਾਤਾਰ ਕਾਂਗਰਸ ਨੇਤਾਓਂ ਮੇਂ ਹੋ ਰਿਹਾ ਹੈ ਵਰਸੇ ਜਿਸ ਤਰੀਕੇ ਨਵਜੋਤ ਸਿੰਘ ਸਿੱਧੂ ਵਰਸੇ ਜੇ ਵਿਦਾਇਆ ਵਾਲੀ ਇਸ ਤਰੀਕੇ ਦੇ ਦੇਖ ਦੇਖੋ ਇਹ 22 'ਚ ਵੀ ਸਾਡਾ ਨੁਕਸਾਨ ਹੋਇਆ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਲੇਕਿਨ ਹੁਣ ਸਾਰਾ ਕੁਛ ਜਿਹੜੇ ਸਾਡੇ ਇੰਚਾਰਜ ਹੈ ਉਹਨਾਂ ਨੂੰ ਸਾਰਿਆਂ ਬਾਰੇ ਦੱਸ ਦਿੱਤਾ ਗਿਆ ਔਰ ਮੈਨੂੰ ਲੱਗਦਾ ਠੀਕ ਨਿਰਣਾ ਲੈ ਕੇ ਇਹਨੂੰ ਸੌਟ ਆਊਟ ਕਰਕੇ ਔਰ ਜਦੋਂ ਇਲੈਕਸ਼ਨ ਤੋਂ ਪਹਿਲਾਂ ਇਹ ਸਾਰਾ ਕੁਛ ਸੌਟ ਆਊਟ ਜਿਹੜਾ ਹੋ ਜਾਊਗਾ। ਲੇਕਿਨ ਇੱਕ ਤਰਫ ਪ੍ਰਭਾਰੀ ਬੈਠਕ ਕਰ ਰਹੇ ਹੈ, ਇੱਕ ਤਰਫ ਦੂਸਰੀ ਬਿਆਨਬਾਜ਼ੀ ਜੋ ਹੈ ਉਹ ਸਿਰੋਂ ਕੇ ਮਾਧਿਅਮ ਸੇ ਜੋ ਹੈ ਉਹ ਕੀ ਜਾ ਰਹੀ ਹੈ ਕਿ ਲੱਗਦਾ ਨਹੀਂ ਕਿ ਇਸ ਪਾਰਟੀ ਦਾ ਨੁਕਸਾਨ? ਨਹੀਂ ਨੁਕਸਾਨ ਹੈ, ਮੈਂ ਤਾਂ ਕਹਿਣ ਦਾ ਨੁਕਸਾਨ ਹੈ ਪਰ ਮੇਰਾ ਖਿਆਲ ਹੈ ਕਿ ਉਹਨੂੰ ਸੌਟ ਆਊਟ ਕਰ ਲਿਆ ਜਾਏ। ਰਾਮ ਮੰਦਿਰ ਕੋ ਲੇਕਰ ਕਿਆ ਹਫਤਾ ਹੈ ਕਿ ਜਿਸ ਤਰੀਕੇ ਸੇ ਬੀਜੇਪੀ ਕਹਿ ਰਹੀ ਹੈ ਕਿ ਕਾਂਗਰਸ ਜੋ ਹੈ ਇਸ ਨੂੰ ਜੰਗ ਨਹੀਂ ਚਾਹਤੀ ਹੈ, ਰਾਮ ਮੰਦਿਰ ਸੇ ਧਰਨਾ ਦਿੱਤੀ ਹੈ, ਕੈਸੇ ਦੇਖ ਰਹੇ ਹੋ? ਦੇਖੋ ਇਹਨਾਂ ਦਾ ਕੰਮ ਦੇਸ਼ ਨੂੰ ਤੋੜਨ ਦਾ, ਇਹਨਾਂ ਦਾ ਕੰਮ ਦੇਸ਼ ਨੂੰ ਡਿਵਾਈਡ ਕਰਨ ਦਾ, ਇਹਨਾਂ ਦਾ ਕੰਮ ਹੈ ਹਰ ਉਹ ਚੀਜ਼ ਜਿਹੜੀ ਦੇਸ਼ ਨੂੰ ਨੁਕਸਾਨ ਕਰਦੀ ਹੋਵੇ ਉਹ ਕਹਿੰਦੇ ਆ ਇਹ। ਰਾਮ ਜੀ ਕਿਸੇ ਦੇ ਇੱਕ ਦੇ ਨਹੀਂ ਹੈ, ਪਹਿਲੀ ਗੱਲ ਕਿਸੇ ਵੀ ਪਾਰਟੀ ਨਾਲ ਜਾਂ ਕਿਸੇ ਵੀ ਸਮੁਦਾਇ ਨਾਲ ਜੋੜਨਾ ਮੈਨੂੰ ਲੱਗਦਾ ਰਾਮ ਜੀ ਨੂੰ ਛੋਟਾ ਕਰਨ ਵਾਲੀ ਗੱਲ ਹੈ। ਸੋ ਮੈਨੂੰ ਲੱਗਦਾ ਕਿ ਭਗਵਾਨ ਰਾਮ ਨੂੰ ਅਸੀਂ ਛੋਟਾ ਨਾ ਕਰੀਏ ਕਿਉਂਕਿ ਉਹ ਤਾਂ ਬ੍ਰਹਿਮੰਡ ਦੀ ਤਰ੍ਹਾਂ ਕਿ ਜਿੱਡਾ ਵੱਡਾ ਬ੍ਰਹਿਮੰਡ ਨੂੰ ਅੰਕਿਆ ਨਹੀਂ ਜਾ ਸਕਦਾ ਇਸੇ ਤਰ੍ਹਾਂ ਸ਼੍ਰੀ ਰਾਮ ਜੀ ਨੂੰ ਅੰਕਿਆ ਨਹੀਂ ਜਾ ਸਕਦਾ। ਸੋ ਮੈਂ ਤਾਂ ਉਹਨਾਂ ਪਾਰਟੀ ਨੇਤਾਵਾਂ ਨੂੰ ਵੀ ਇਹ ਕਹੂੰਗਾ ਕਿ ਇਹਨਾਂ ਚੀਜ਼ਾਂ ਤੋਂ ਗਰੇਜ਼ ਕਰੋ, ਅਸੀਂ ਇੱਥੇ ਤੱਕ ਆ ਗਏ ਹਾਂ ਵੀ ਅਸੀਂ ਆਪਣੇ ਭਗਵਾਨ ਨੂੰ ਵੀ ਛੋਟਾ ਔਰ ਕਿਸੇ ਇੱਕ ਪਾਰਟੀਕੁਲਰ ਕਮਿਊਨਿਟੀ ਦਾ ਦੱਸਣ ਲੱਗ ਪਏ ਹਾਂ। ਮੇਰਾ ਖਿਆਲ ਹੈ ਵੀ ਅੱਜ ਤੱਕ ਕਿਸੇ ਵੀ ਜਿਹੜਾ ਭਗਵਾਨ ਨੇ ਇਹੋ ਜਿਹਾ ਸੋਚਿਆ ਵੀ ਨਹੀਂ ਹੋਣਾ ਜਿਹੋ ਜਿਹਾ ਸਾਡੇ ਇਹ ਲੋਕ ਜੇ ਲੀਡਰ ਇੱਦਾਂ ਦੇ ਲੋਕ ਜਿਹੜੇ ਉਹ ਸੋਚਦੇ ਆ। ਜਾਓਗੇ ਫਿਰ? ਬਿਲਕੁਲ ਜਾਵਾਂਗੇ, ਕਿਉਂ ਨਹੀਂ ਜਾਵਾਂਗੇ। ਟਾਈਮ ਟੂ ਟਾਈਮ ਦੇਖੋ ਹਰ ਬੰਦਾ ਜਦੋਂ ਵੀ ਉਹਨੂੰ ਸੁਵਿਧਾ ਦੇ ਅਨੁਸਾਰ ਟਾਈਮ ਮਿਲਦਾ ਉਹ ਹਮੇਸ਼ਾ ਜਿਹੜਾ ਧਾਰਮਿਕ ਸਥਾਨਾਂ 'ਤੇ ਜਾਂਦਾ ਹੈਗਾ। ਅਸੀਂ ਵੀ ਬਿਲਕੁਲ ਜਾਵਾਂਗੇ।